ਸukhbir ਦੀ ਕਹਾਣੀ ਹੈ ਜਨਮ ਦੇਣ ਵਾਲੇ ਹੱਥ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਸੀ ਪਹਿਲਾਂ ਸੱਤ ਕੁੜੀਆਂ ਨੇ ਸਾਂਝਾ ਗੀਤ ਗਾਇਆ ਇੱਕ ਕੁੜੀ ਮਾਈਕ ਦੇ ਸਾਹਮਣੇ ਸੀ ਤੇ ਬਾਕੀ ਉਹਦੇ ਪਿੱਛੇ ਸਨ ਪਹਿਲਾਂ ਉਹੀ ਕੁੜੀ ਗੀਤ ਦੀਆਂ ਸਤਰਾਂ ਬੋਲਦੀ ਫਿਰ ਜਦ ਬਾਕੀ ਦੀਆਂ ਕੁੜੀਆਂ ਉਹ ਸਤਰਾਂ ਦੁਹਰਾਉਂਦੀਆਂ ਤਾਂ ਉਹਨਾਂ ਦੇ ਨਾਲ ਇੱਕ ਸੁਰ ਹੋ ਕੇ ਗਾਉਂਦੀ ਸੱਤੋਂ ਆਵਾਜ਼ਾਂ ਇੱਕ ਆਵਾਜ਼ ਹੋ ਕੇ ਗੂੰਜਦੀਆਂ ਤੇ ਉਹ ਇੱਕ ਆਵਾਜ਼ ਉਸ ਕੁੜੀ ਦੀ ਆਵਾਜ਼ ਪ੍ਰਤੀਤ ਹੁੰਦੀ ਜੋ ਮਾਈਕ ਦੇ ਸਾਹਮਣੇ ਸੀ ਮੇਰਾ ਧਿਆਨ ਉਸੇ ਤੇ ਕੇਂਦਰਿਤ ਸੀ ਦੁੱਧ ਚਿੱਟੀ ਸਾੜੀ ਚ ਖੜਿਆ ਹੋਇਆ ਸੋਹਪਣ ਸੀ ਤੇ ਇੱਕ ਦਰਦ ਸੀ ਜੋ ਆਵਾਜ਼ ਬਣ ਕੇ ਗੂੰਜ ਰਿਹਾ ਸੀ ਫਿਰ ਇੱਕ ਗੀਤ ਨਿਰਤ ਸ਼ੁਰੂ ਹੋਇਆ ਜੋ ਕਸ਼ਮੀਰ ਬਾਰੇ ਸੀ ਉਸ ਵਿੱਚ ਕਸ਼ਮੀਰ ਦਾ ਸੋਹਪਣ ਸੀ ਤੇ ਕਸ਼ਮੀਰ ਦੀ ਲੁੱਟੀ ਜਾ ਰਹੀ ਆਬਰੂ ਦਾ ਦਰਦ ਸੀ ਉਸ ਚ 15 ਕੁੜੀਆਂ ਸਨ 7 ਕੁੜੀਆਂ ਇੱਕ ਪਾਸੇ 7 ਕੁੜੀਆਂ ਦੂਜੇ ਪਾਸੇ ਤੇ ਇੱਕ ਕੁੜੀ ਉਹਨਾਂ ਦੇ ਵਿਚਕਾਰ ਉਹ ਕੁੜੀ ਜੋ ਸਮੂਹਿਕ ਗੀਤ ਵੇਲੇ ਮਾਈਕ ਦੇ ਸਾਹਮਣੇ ਸੀ ਤੇ ਉਹ ਨਿਰਤ ਵਿੱਚ ਵੀ ਕਸ਼ਮੀਰ ਦਾ ਸੋਹਪਣ ਸੀ ਤੇ ਕਸ਼ਮੀਰ ਦੀ ਲੁੱਟੀ ਜਾ ਰਹੀ ਆਬਰੂ ਦਾ ਦਰਦ ਸੀ ਨਿਰਤ ਹਲੇ ਸ਼ੁਰੂ ਹੋਇਆ ਸੀ ਕਿ ਮੇਰੇ ਮਨ ਚ ਬੇਚੈਨੀ ਜਿਹੀ ਹੋਣ ਲੱਗਦੀ ਹੈ ਉਸ ਵਿੱਚ ਘਰ ਲਈ ਨਰਤਕੀ ਦੀ ਜ਼ਿੰਦਗੀ ਚ ਮੈਂ ਕਦੇ ਡੂੰਗਾ ਹਨੇਰਾ ਭਰ ਦਿੱਤਾ ਸੀ ਤੇ ਉਹਨੂੰ ਭਿਆਨਕ ਦੌਰੇ ਪੈਣ ਲੱਗੇ ਸਨ ਮੇਰੇ ਮਨ ਚ ਗੁਨਾਹ ਦਾ ਅਹਿਸਾਸ ਜਾਗ ਉੱਠਿਆ ਹੈ ਮੇਰੀ ਬੇਚੈਨੀ ਵੱਧਦੀ ਜਾਂਦੀ ਹੈ ਅਖੀਰ ਕੋਟ ਚੇਰ ਪੇਚੋਂ ਮੈਂ ਉੱਠ ਖੜਾ ਹੁੰਦਾ ਹਾਂ ਤੇ ਹਾਲਚੋਂ ਬਾਹਰ ਨਿਕਲ ਜਾਂਦਾ ਕੁਝ ਬਿੰਦ ਰੁਕਣ ਪੇਚੋਂ ਮੈਂ ਹਾਲ ਦੇ ਬਾਹਰ ਇੱਕ ਪਾਸੇ ਬਣੇ ਛੋਟੇ ਜਿਹੇ ਰੈਸਟੋਰਾਂ ਵਿੱਚ ਜਾ ਕੇ ਬੈਠ ਜਾਂਦਾ ਜਿਸ ਚ ਨਿਮਾ ਨਿਮਾ ਚਾਨਣ ਹੈ ਮੈਂ ਇੱਕ ਡਾਕਟਰ ਹਾਂ ਪਿਛਲੇ ਕੁਝ ਸਾਲਾਂ ਤੋਂ ਇੱਕ ਜੀਬ ਜੀ ਗੰਢ ਮੇਰੇ ਮਨ ਵਿੱਚ ਪਈ ਹੋਈ ਹੈ ਜੋ ਖੁੱਲਣ ਚ ਨਹੀਂ ਆਉਂਦੀ ਇੱਕ ਗੰਢ ਇੱਕ ਗੁਨਾਹ ਦਾ ਅਹਿਸਾਸ ਹੈ ਕਿ ਕਦੀ ਮੈਂ ਕਿਸੇ ਨੂੰ ਕਿਵੇਂ ਡੂੰਘੇ ਖੂਚ ਸੁੱਟ ਦਿੱਤਾ ਸੀ ਆਪਣੇ ਮਨ ਵਿੱਚ ਮੁੜ ਕੇ ਜਾਗੇ ਉਸ ਗੁਨਾ ਦੇ ਅਹਿਸਾਸ ਤੇ ਕਾਬੂ ਪਾਉਣ ਦਾ ਮੈਂ ਯਤਨ ਕਰਦਾ ਹਾਂ ਕੁਝ ਬੀਤੀਆਂ ਘਟਨਾਵਾਂ ਕਈ ਸਾਲ ਬੀਤ ਜਾਣ ਤੇ ਵੀ ਕਿੰਨੀਆਂ ਨੇੜੇ ਪ੍ਰਤੀਤ ਹੁੰਦੀਆਂ ਹਨ ਮੇਰੇ ਸਾਹਮਣੇ 18-20 ਵਰਿਆਂ ਦਾ فاਸਲਾ ਇੰਜ ਹੈ ਜਿਵੇਂ 18-20 ਕਦਮਾਂ ਦਾ فاਸਲਾ ਹੋਵੇ ਮੇਰੇ ਕੋਲ ਇੱਕ ਜਵਾਨ ਪਤੀ ਆਪਣੇ ਨਾਲ ਆਉਂਦਾ ਹੈ ਦੋਆਂ ਦੇ ਚਿਹਰਿਆਂ ਤੇ ਘਬਰਾਟ ਹੈ ਉਹਨਾਂ ਦਾ ਪਹਿਲਾ ਬੱਚਾ ਜਨਮ ਲੈਣ ਵਾਲਾ ਹੈ ਉਹਨਾਂ ਨੂੰ ਹੌਸਲਾ ਦਿੰਦਾ ਹਾਂ ਪਤਨੀ ਬੜੀ ਸੁਭਕ ਜਈ ਹੈ ਜਿਹਦੀਆਂ ਅੱਖਾਂ ਵਿੱਚ ਮਾਂ ਬਣਨ ਦਾ ਚਾਹ ਵੀ ਹੈ ਤੇ ਡਰ ਵੀ ਉਹ ਇੱਕ ਨਰਤਕੀ ਹੈ ਜੋ ਕਦੇ-ਕਦੇ ਪ੍ਰੋਗਰਾਮਾਂ ਵਿੱਚ ਆਪਣਾ ਨਿਰਤ ਦਿੰਦੀ ਹੈ ਨਿਰਤ ਨੂੰ ਆਪਣਾ ਕਿਤਾ ਬਣਾਉਣਾ ਚਾਹੁੰਦੀ ਹੈ ਉਹਦਾ ਪਤੀ ਥੀਏਟਰ ਵਿੱਚ ਅਭਿਨੇਤਾ ਹੈ ਜੋ ਦਿਨ ਵੇਲੇ ਨੌਕਰੀ ਕਰਦਾ ਤੇ ਸ਼ਾਮ ਨੂੰ ਥੀਏਟਰ ਵਿੱਚ ਜਾਂਦਾ ਤੇ ਨਾਟਕਾਂ 'ਚ ਛੋਟੇ ਵੱਡੇ ਰੋਲ ਕਰਦਾ। ਉਹ ਸੋਚਦਾ ਹੈ ਕਿਸੇ ਦਿਨ ਪੇਸ਼ੇਵਰ ਅਭਿਨੇਤਾ ਬਣ ਜਾਏਗਾ ਤੇ ਨੌਕਰੀ ਨੂੰ ਲੱਤ ਮਾਰ ਦੇਵੇਗਾ। ਉਹਨਾਂ ਬਾਰੇ ਕੁਝ ਹੋਰ ਗੱਲਾਂ ਦਾ ਪਤਾ ਲੱਗਦਾ ਤੇ ਮੈਨੂੰ ਉਹ ਬਹੁਤ ਚੰਗੇ ਲੱਗਦੇ ਐ। ਫਿਰ ਉਹ ਹਰ ਹਫ਼ਤੇ ਮੁਆਇਨੇ ਲਈ ਮੇਰੇ ਕੋਲ ਆਉਂਦੇ ਹਨ। ਹਰ ਵਾਰ ਉਹਨਾਂ ਦੀ ਘਬਰਾਹਟ ਪਹਿਲਾਂ ਨਾਲੋਂ ਜ਼ਿਆਦਾ ਹੁੰਦੀ ਹੈ। ਮੈਂ ਹਰ ਵਾਰ ਉਹਨਾਂ ਨੂੰ ਹੌਸਲਾ ਦਿੰਦਾ ਕਿ ਸਭ ਠੀਕ ਹੋਏਗਾ। ਕਦੇ ਗੱਲਾਂ ਦੇ ਦੌਰਾਂ ਨੂੰ ਕਹਿੰਦੇ ਹਨ ਕਿ ਜੇ ਪੁੱਤਰ ਜਨਮਿਆ ਤਾਂ ਉਹਨੂੰ ਬਹੁਤ ਵੱਡਾ ਬਨੇਤਾ ਬਣਾਉਣਗੇ ਜੇ ਧੀ ਜਨਮੀ ਤਾਂ ਉਹਨੂੰ ਬਹੁਤ ਵੱਡੀ ਨਰਤਕੀ ਬਣਾਉਣਗੇ ਪੁੱਤਰ ਹੋਵੇ ਜਾਂ ਧੀ ਦੋਹਾਂ ਹਾਲਤਾਂ ਵਿੱਚ ਉਹਨੂੰ ਖੁਸ਼ੀ ਨਾਲ ਅਪਣਾਉਣਗੇ ਤੇ ਉਹਦਾ ਭਵਿੱਖ ਸੁਨਹਿਰਾ ਬਣਾਉਣ ਦਾ ਯਤਨ ਕਰਨਗੇ ਅਖੀਰ ਉਹ ਦਿਨ ਆ ਜਾਂਦਾ ਹੈ ਜਦੋਂ ਉਹਨਾਂ ਦੇ ਬੱਚੇ ਨੇ ਜਨਮ ਲੈਣਾ ਹੁੰਦਾ ਸਾਰੀ ਤਿਆਰੀ ਹੋ ਚੁੱਕੀ ਹੈ ਮੇਰੇ ਮਨ 'ਚ ਹਲਕੀ ਜਿਹੀ ਚਿੰਤਾ ਹੁੰਦੀ ਹੈ ਕਿਉਂਕਿ ਬੱਚਾ ਕੁੱਖ ਵਿੱਚ ਆਪਣੀ ਅਸਲੀ ਹਾਲਤ ਵਿੱਚ ਨਹੀਂ ਹੈ। ਉਹਦਾ ਸਿਰ ਤਾਂ ਵੱਲ ਹੈ ਲ ਤਾਂ ਹੀਟਾਂ ਵਾਲਾ ਹੈ। ਅਜੇ ਬੱਚੇ ਦਾ ਜਨਮ ਆਮ ਬੱਚਿਆਂ ਦੇ ਮੁਕਾਬਲੇ ਚ ਔਖਾ ਹੁੰਦਾ ਹੈ। ਕੁਝ ਖਤਰੇ ਭਰੇ ਆ ਵੀ। ਅਜੇ ਬੱਚੇ ਜਨਮ ਲੈਣ ਵੇਲੇ ਕਦੇ ਕਦੇ ਮਰ ਵੀ ਜਾਂਦੇ ਹਨ। ਕਿਉਂਕਿ ਕਈ ਵਾਰ ਸਿਰ ਛੇਤੀ ਬਾਹਰ ਨਹੀਂ ਆਉਂਦਾ ਤੇ ਆਕਸੀਜਨ ਨਾ ਮਿਲਣ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ। ਮੈਂ ਚਿੰਤਤ ਹਾਂ ਵੀ ਤੇ ਨਹੀਂ ਵੀ। ਕਿ ਕੀ ਜਾਈ ਕੁਝ ਬੱਚਿਆਂ ਨੂੰ ਮੈਂ ਸੰਸਾਰ ਵਿੱਚ ਸਹੀ ਸਲਾਮਤ ਲਿਆ ਚੁੱਕਾ ਹਾਂ ਆਪਰੇਸ਼ਨ ਥੀਏਟਰ ਚ ਪਤਨੀ ਕਿਸੇ ਅਣਦਿਸਦੇ ਡਰ ਦੀ ਉਡੀਕ ਚ ਲੰਮੀ ਪਈ ਹੋਈ ਹੈ ਠੰਡੇ ਮੁੜਕੇ ਨਾਲ ਭਿੱਜੇ ਉਹਦੇ ਮੱਥੇ ਤੇ ਮੈਂ ਹੱਥ ਰੱਖ ਕੇ ਦਿਲਾਸਾ ਦਿੰਦਾ ਕਿ ਸਭ ਠੀਕ ਹੋਏਗਾ ਉਸ ਸਹਿਮੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਵੇਖਦੀ ਹੈ ਤੇ ਫਿਰ ਅੱਖਾਂ ਮੀਟ ਲੈਂਦੀ ਹੈ ਮੈਂ ਉਹਦੇ ਮੱਥੇ ਨੂੰ ਹਲਕਾ ਜਿਹਾ ਦਬਦਾ ਹਾਂ ਉਸੇ ਵੇਲੇ ਉਹਦੇ ਅੰਦਰੋਂ ਇੱਕ ਅਸਹਿ ਪੀੜ ਉੱਠਦੀ ਹੈ ਫਿਰ ਕੁਛ ਹੀ ਬਿੰਦਾਂ ਵਿੱਚ ਬੱਚੇ ਦਾ ਇੱਕ ਪੈਰ ਬਾਹਰ ਆਉਂਦਾ ਹੈ ਗੋਰਾ ਚਿੱਟਾ ਗੁਲਾਬੀ ਪੈਰ ਮੈਂ ਨਰਮੀ ਨਾਲ ਉਸ ਨੂੰ ਫੜਦਾ ਹਾਂ ਫਿਰ ਮੈਂ ਦੂਜੇ ਪੈਰ ਨੂੰ ਫੜਦਾ ਹਾਂ ਪਰ ਇਹ ਕੀ ਉਹ ਪਹਿਲੇ ਪੈਰ ਵਾਂਗ ਬਾਹਰ ਨਹੀਂ ਆ ਰਿਹਾ ਮੈਂ ਉਹਨੂੰ ਨਰਮੀ ਨਾਲ ਖਿੱਚਦਾ ਹਾਂ ਤੇ ਮੇਰੀਆਂ ਅੱਖਾਂ ਦੀ ਸਹੰਦ ਸਮਝ ਕੇ ਨਰਸ ਪਤਨੀ ਦੇ ਢਿੱਡ ਨੂੰ ਰਤਾ ਕੋ ਦਬਦੀ ਹੈ ਬੱਚੇ ਦਾ ਸਰੀਰ ਬਾਹਰ ਆਉਣ ਲੱਗਦਾ ਹੈ ਹੌਲੀ-ਹੌਲੀ ਤਿਲਕਦਾ ਹੋਇਆ ਤੇ ਮੈਂ ਵੇਖਦਾ ਕਿ ਉਹ ਕੁੜੀ ਹੈ ਬਹੁਤ ਵੱਡੀ ਨਰਤਕੀ ਬਣੇਗੀ ਪਰ ਇਹ ਕੀ ਉਹਦੀ ਦੂਜੀ ਲੱਤ ਕਿੱਥੇ ਹੈ ਹਾਂ ਲੱਤ ਤਾਂ ਹੈ ਪਰ ਉਹਦੇ ਨਾਲ ਪੱਟ ਜਿਵੇਂ ਨਹੀਂ ਹੈ ਗੋਡੇ ਤੋਂ ਉੱਪਰਲਾ ਹਿੱਸਾ ਬਹੁਤ ਛੋਟਾ ਹੈ ਤੇ ਪੈਰ ਦੂਜੀ ਲੱਤ ਦੇ ਗੋਡੇ ਤੱਕ ਹੀ ਪਹੁੰਚਦਾ ਹੈ ਇੱਕ ਝਟਕਾ ਲੱਗਦਾ ਮੈਨੂੰ ਕਿ ਕਿਹੋ ਜਿਹਾ ਬੱਚਾ ਹੈ ਜੋ ਸੱਜੇ ਸੱਜੇ ਸੰਸਾਰ ਚਾ ਰਿਹਾ ਪਰ ਫਿਰ ਉਹ ਰੁਕ ਜਾਂਦਾ ਹੈ ਉਹ ਰੁਕਿਆ ਹੋਇਆ ਹੈ ਤੇ ਮੈਂ ਉਹਨੂੰ ਖਿੱਚ ਨਹੀਂ ਸਕਦਾ ਬੱਚੇ ਦਾ ਸੁਭਾਵਿਕ ਤੌਰ ਤੇ ਬਾਹਰ ਆਉਣਾ ਜ਼ਰੂਰੀ ਹੈ ਸਿਰਫ ਮਜਬੂਰੀ ਦੀ ਹਾਲਤ ਵਿੱਚ ਉਹਨੂੰ ਖਿੱਚਣਾ ਪੈਂਦਾ ਹੈ ਮੇਰੀ ਨਜ਼ਰ ਉਹਦੀਆਂ ਲੱਤਾਂ ਤੇ ਹੈ ਤਦ ਇੱਕ ਬਿੰਦ ਲਈ ਉਹਦੀ ਮਾਂ ਦਾ ਚਿਹਰਾ ਮੇਰੇ ਸਾਹਮਣੇ ਆਉਂਦਾ ਹੈ ਬੜਾ ਸੁਭਕ ਤੇ ਭਾਵੁਕ ਚਿਹਰਾ ਇਸ ਬੱਚੀ ਨੂੰ ਕਿਵੇਂ ਵੇਖ ਸਕੇਗੀ ਇਹਨੂੰ ਵੇਖ ਕੇ ਕੀ ਸੋਚੇਗੀ ਕੀ ਸੋਚ ਵੀ ਸਕੇ ਅੱਖਾਂ ਬੰਦ ਕਰ ਲਏਗੀ ਤੇ ਫਿਰ ساری ਉਮਰ ਆਪਣੀ ਤੇ ਬੱਚੀ ਦੀ ਕਿਸਮਤ ਤੇ ਹੰਝੂ ਘੇਰਦੀ ਰਹੇਗੀ ਬੱਚੀ ਰਤਾ ਕੋ ਹਿੱਲਦੀ ਹੈ ਤਾਂ ਮੇਰਾ ਧਿਆਨ ਟੁੱਟਦਾ ਹੈ ਮੇਰੀ ਨਜ਼ਰ ਫਿਰ ਉਹਦੀ ਛੋਟੀ ਲੱਤ ਤੇ ਪੈਂਦੀ ਹੈ ਤਾਂ ਮੈਂ ਸੋਚਦਾ ਕਿ ਇਹ ਲੱਤੇ ਦੀ ਪੂਰੀ ਜ਼ਿੰਦਗੀ 'ਚ ਜ਼ਹਿਰ ਘੋਲ ਦੇਗੀ ਤੇ ਬਸ ਘਰ ਦੀ ਕੂਟਨ 'ਚ ਬੈਠੀ ਰਹੇਗੀ ਪਰ ਨਹੀਂ ਮੈਂ ਇਹਨੂੰ ਛੁਟਕਾਰਾ ਦਿਵਾ ਸਕਦਾ ਇਹਦੀ ਕਿਸਮਤ ਇਸ ਵੇਲੇ ਮੇਰੇ ਹੱਥ ਵਿੱਚ ਹੈ ਬਸ ਰਤਾ ਕੋ ਦੇਰ ਕਰ ਦੇਣ ਦੀ ਲੋੜ ਹੈ ਅਜੇ ਬੱਚਿਆਂ ਦੀ ਜਨਮ ਵੇਲੇ ਮੌਤ ਸੁਭਾਵਕ ਵੀ ਹੈ ਉਸੇ ਵੇਲੇ ਮੇਰੇ ਹੱਥ ਵਿੱਚ ਬੱਚੀ ਦੀਆਂ ਲੱਤਾਂ ਹਿੱਲਦੀਆਂ ਹਨ ਉਜਵੇਂ ਲੱਤਾਂ ਦੀ ਹਰਕਤ ਰਹੀ ਕਹਿ ਰਹੀ ਹੈ ਮੈਨੂੰ ਜ਼ਿੰਦਗੀ ਦੀ ਲੋੜ ਨਹੀਂ ਹੈ ਨਰਕ ਦੀ ਦੁੱਖ ਭਰੀ ਜ਼ਿੰਦਗੀ ਭੋਗਣ ਨਾਲੋਂ ਚੰਗਾ ਹੈ ਕਿ ਮੈਂ ਜਨਮ ਤੋਂ ਪਹਿਲਾਂ ਹੀ ਮਰ ਜਾਵਾਂ ਇੱਕ ਝਟਕਾ ਲੱਗਦਾ ਹੈ ਮੈਨੂੰ ਤੇ ਮੈਂ ਸੋਚਦਾ ਕਿ ਮੈਂ ਤਾਂ ਜ਼ਿੰਦਗੀ ਦੇਣ ਵਾਲਾ ਹਾਂ ਜ਼ਿੰਦਗੀ ਲੈ ਕਿਵੇਂ ਸਕਦਾ ਪਰ ਨਹੀਂ ਜ਼ਿੰਦਗੀ ਲੈਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਹਾਲੀਏ ਨੂੰ ਜ਼ਿੰਦਗੀ ਮਿਲੀ ਹੀ ਨਹੀਂ ਤੇ ਫਿਰ ਇਹ ਉਸ ਹਾਲਤ ਵਿੱਚ ਹੈ ਕਿ ਦੇਰ ਹੀ ਹੋ ਸਕਦੀ ਹੈ ਅਜੇ ਬੱਚਿਆਂ ਨੂੰ ਸੁਭਾਵਕ ਤੌਰ ਤੇ ਬਾਹਰ ਆਉਣਾ ਚਾਹੀਦਾ ਹੈ ਮੈਨੂੰ ਕਾਲ ਨਹੀਂ ਕਰਨੀ ਚਾਹੀਦੀ ਬਿਲਕੁਲ ਕਾਲ ਨਹੀਂ ਕਰਨੀ ਚਾਹੀਦੀ ਉੰਜ ਕਾਲ ਕੀਤੀ ਵੀ ਤਾਂ ਤਾਂ ਵੀ ਇਹਦੀ ਜਾਨ ਨੂੰ ਖਤਰਾ ਹੈ ਅਜੇ ਬੱਚੇ ਜਨਮ ਵੇਲੇ ਮਰ ਜਾਂਦੇ ਹਨ ਬਸ ਜੋ ਕੁਦਰਤ ਨੂੰ ਮਨਜ਼ੂਰ ਹੈ ਉਹੀ ਹੋਣਾ ਚਾਹੀਦਾ ਹੈ ਪਰ ਕੁਦਰਤ ਤਾਂ ਗਲਤ ਹੈ ਜਿਨੇ ਇਹਨੂੰ ਲੰਗੀ ਬਣਾਇਆ ਹੈ ਉਮਰ ਭਰ ਨਰਕ ਦਾ ਦੁੱਖ ਭੋਗਣ ਲਈ ਹੀਣਤਾ ਦੇ ਅਹਿਸਾਸ ਵਿੱਚ ਜ਼ਿੰਦਗੀ ਕੱਟਣ ਲਈ ਕੁਦਰਤ ਦੀ ਇਹ ਗਲਤੀ ਮੈਨੂੰ ਸੁਧਾਰਨੀ ਚਾਹੀਦੀ ਹੈ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ ਫਰਜ਼ ਹਾਂ ਮੇਰਾ ਫਰਜ਼ ਹੈ ਕਿ ਅਚਾਨਕ ਮੈਂ ਨਰਸ ਨੂੰ ਗਰਮ ਤੌਲੀਆ ਦੇਣ ਲਈ ਕਹਾਂ ਬੱਚੀ ਰੁਕੀ ਹੋਈ ਹੈ ਤੇ ਉਹਦੇ ਸਰੀਰ ਨੂੰ ਠੰਡ ਤੋਂ ਬਚਾਉਣਾ ਜ਼ਰੂਰੀ ਹੈ ਠੰਡ ਲੱਗਣ ਨਾਲ ਛਾਤੀ ਤੇ ਅਚਾਨਕ ਫੁੱਲਣ ਦਾ ਡਰ ਹੈ ਜਿਸ ਨਾਲ ਮੌਤ ਹੋ ਸਕਦੀ ਹੈ ਗਰਮ ਤੌਲੀਏ ਦੇ ਥੱਲੇ ਮੈਂ ਉਹਦੀ ਛੋਟੀ ਲੱਤ ਨੂੰ ਮਹਿਸੂਸ ਕਰਦਾ ਉਸ ਵਿੱਚ ਜ਼ਿੰਦਗੀ ਦੀ ਹਰਕਤ ਹੈ ਜੋ ਕਹਿ ਰਹੀ ਹੈ ਮੈਨੂੰ ਮੌਤ ਚਾਹੀਦੀ ਹੈ ਮੈਨੂੰ ਹਨੇਰੇ ਭਵ ਕੋਈ ਇੱਕ ਤੋ ਬਚਾ ਲੋ ਡਾਕਟਰ ਇਸ ਵੇਲੇ ਮੈਂ ਤੁਹਾਡੀ ਰਹਿਮ ਤੇ ਆ ਮੇਰਾ ਡੋਲਦਾ ਹੋਇਆ ਮਨ ਟਿਕ ਜਾਂਦਾ ਤੇ ਮੈਂ ਫੈਸਲਾ ਕਰਦਾ ਕਿ ਇਹ ਨਰਕ ਦੇ ਦੁੱਖ ਨਹੀਂ ਭੋਗੇਗੀ ਮੈਂ ਕੰਧ ਤੇ ਲੱਗੇ ਕਲਾਕ ਵੱਲ ਵੇਖਦਾ ਹਾਂ ਇਹਦੀ ਇੱਕ ਟਿਕ ਦੀ ਆਵਾਜ਼ ਬਹੁਤ ਉੱਚੀ ਸੁਣਾਈ ਦੇ ਰਹੀ ਹੈ 4 ਮਿੰਟ ਬੀਤ ਚੁੱਕੇ ਹਨ ਅਜੇ ਬੱਚੇ ਨੂੰ ਵਕਤ ਤੋਂ ਵੱਧ 7-8 ਮਿੰਟਾਂ ਅੰਦਰ ਬਾਹਰ ਆ ਜਾਣਾ ਚਾਹੀਦਾ ਹੈ ਵਰਨਾ ਮੌਤ ਸੁਭਾਵਕ ਹੈ ਮੈਂ ਤੌਲੀਏ ਦੇ ਥੱਲੇ ਉਹਨੂੰ ਮਹਿਸੂਸ ਕਰ ਰਿਹਾ ਹਾਂ ਤੇ ਇੱਕ ਬਿੰਦਲੀ ਵੇਖਦਾ ਕਿ ਨਰਸ ਦੀ ਅੱਖਾਂ ਮੈਨੂੰ ਵੇਖ ਰਹੀਆਂ ਹਨ। ਭਲਾਉਂ ਕੀ ਵੇਖ ਰਹੀਆਂ ਹਨ? ਮੈਂ ਬਾਹ ਨਾਲ ਆਪਣੇ ਮੱਥੇ ਦਾ ਮੁਰਕਾ ਪਹੁੰਚਦਾ। ਭਾਵੇਂ ਅਜੇ ਬੱਚਿਆਂ ਨੂੰ ਮੈਂ ਸਫਲਤਾ ਨਾਲ ਜਨਮ ਦਿੱਤਾ ਹੈ ਪਰ ਕਦੇ ਅਸਫਲਤਾ ਵੀ ਤਾਂ ਹੋ ਸਕਦੀ ਹੈ। ਤੇ ਅਜੇ ਹੀ ਸੁਭਾਵਕ ਹੀ ਹੈ ਅਸਫਲਤਾ। ਹਾਂ। ਆਪਣੀ ਡਾਕਟਰੀ ਜ਼ਿੰਦਗੀ 'ਚ ਪਹਿਲੀ ਵਾਰ ਮੈਂ ਜਾਣ ਬੁੱਝ ਕੇ ਗਲਤੀ ਕਰਨ ਲੱਗਾ। ਨਹੀਂ। ਗਲਤੀ ਨਹੀਂ ਕਰਨ ਲੱਗਾ ਸਗੋਂ ਕੁਦਰਤ ਦੀ ਗਲਤੀ ਸੁਧਾਰਨ ਲੱਗਾ ਮੈਂ ਤੌਲੀਏ ਦੇ ਥੱਲੇੋਂ ਬੱਚੀ ਦੇ ਪ੍ਰਾਣਾਂ ਨੂੰ ਮਹਿਸੂਸ ਕਰਦਾ ਬਸ 2 ਮਿੰਟ ਹੋਰ ਹਨ ਇਹਨਾਂ 2 ਮਿੰਟਾਂ 'ਚ ਮੈਨੂੰ ਕੁਝ ਨਾ ਕੁਝ ਕਰਦਿਆਂ ਵਿਖਾਈ ਦੇਣਾ ਚਾਹੀਦਾ ਹੈ ਵਰਨਾ ਨਰਸ ਨੂੰ ਸ਼ੱਕ ਹੋ ਸਕਦਾ ਹੈ ਕਿ ਮੈਂ ਬੱਚੀ ਨੂੰ ਰਤਾ ਕੋਕ ਖਿੱਚਦਾ ਉਸੇ ਵੇਲੇ ਉਹਦਾ ਇੱਕ ਗੁਲਾਬੀ ਪੈਰ ਤੌਲੀਏ ਦੇ ਥੱਲੇੋਂ ਬਾਹਰ ਨਿਕਲਦਾ ਤੇ ਮੇਰੇ ਹੱਥ ਨੂੰ ਜਿਵੇਂ ਦੱਬਦਾ ਉਸ ਹੱਥ ਨੂੰ ਜਿਸ ਵਿੱਚ ਮਾਂ ਨੇ ਆਪਣੀ ਤੇ ਬੱਚੀ ਦੀ ਜ਼ਿੰਦਗੀ ਮੈਨੂੰ ਸੌਂਪੀ ਹੋਈ ਹੈ ਹਾਂ ਮੈਂ ਉਹਦੀ ਤੇ ਉਹਦੀ ਬੱਚੀ ਦੀ ਜ਼ਿੰਦਗੀ ਦਾ ਰੱਖਿਆ ਖਾਂ ਤਦੇ ਬੱਚੇ ਦੀਆਂ ਬੱਚੀ ਦੀਆਂ ਲੱਤਾਂ ਵਿੱਚ ਮੈਂ ਭਰਵੀਂ ਹਰਕਤ ਮਹਿਸੂਸ ਕਰਦਾ ਉਹ ਜ਼ਿੰਦਗੀ ਦੀ ਹਰਕਤ ਹੈ ਮੇਰੇ ਅੰਦਰ ਫਿਰ ਪੁਚਾਲ ਉੱਠਦਾ ਨਹੀਂ ਇਹ ਮੇਰੇ ਕੋਲੋਂ ਨਹੀਂ ਹੋਏਗਾ ਨਹੀਂ ਹੋ ਸਕੇਗਾ ਮੈਂ ਤਾਂ ਜ਼ਿੰਦਗੀ ਦੇਣੀ ਸਿੱਖੀ ਹੈ ਮੌਤ ਨੂੰ ਚੱਠਲਾਣਾ ਸਿੱਖਿਆ ਉਸੇ ਵੇਲੇ ਬੱਚੀ ਆਪਣੀ ਮਾਂ ਦੇ ਸਰੀਰ ਨੂੰ ਛੱਡ ਕੇ ਪੂਰੀ ਤਰ੍ਹਾਂ ਮੇਰੇ ਹੱਥਾਂ ਚ ਆ ਜਾਂਦੀ ਹੈ ਤੇ ਮੈਂ ਆਪਣੇ ਹੱਥਾਂ ਵਿੱਚ ਜ਼ਿੰਦਗੀ ਦਾ ਨਿਗ ਤੇ ਹਰਕਤ ਮਹਿਸੂਸ ਕਰਦਾ। ਮਾਂ ਪੂਰੀ ਤਰ੍ਹਾਂ ਹੋਸ਼ ਚ ਆ ਜਾਂਦੀ ਹੈ। ਤਾਂ ਮੈਂ ਉਹਨੂੰ ਦੱਸਦਾ ਕਿ ਉਹਨੇ ਧੀ ਨੂੰ ਜਨਮ ਦਿੱਤਾ ਹੈ। ਉਹਦੇ ਥੱਕੇ ਹੋਏ ਪੀਲੇ ਚਿਹਰੇ ਤੇ ਅਲੋਕਾਰਕ ਚਮਕ ਆਉਂਦੀ ਹੈ। ਪਰ ਅਗਲੇ ਦਿਨ ਜਦ ਉਹਨੂੰ ਧੀ ਦੀ ਲੱਤ ਬਾਰੇ ਪਤਾ ਲੱਗਦਾ ਹੈ ਤਾਂ ਉਹਦੇ ਚਿਹਰੇ ਦਾ ਰੰਗ ਉੱਡ ਜਾਂਦਾ ਹੈ। ਉਹਦੀਆਂ ਅੱਖਾਂ ਜਿਵੇਂ ਬੁੱਝ ਜਾਂਦੀਆਂ। ਉਸ ਵੇਲੇ ਉਹਦਾ ਪਤੀ ਵੀ ਉੱਥੇ ਹੁੰਦਾ ਹੈ। ਉਦਾਚੇਰਾ ਪਥਰਾਇਆ ਹੋਇਆ ਹੈ ਉਹ ਇੱਕ ਲਫਜ਼ ਵੀ ਬੋਲ ਨਹੀਂ ਸਕਦਾ ਮੈਂ ਦੋਹਾਂ ਨੂੰ ਦਿਲਾਸਾ ਦਿੰਨਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਪਰ ਮੈਂ ਜਾਣਦਾ ਕਿ ਉਹਨਾਂ ਲਈ ਆਸ ਕਿਤੇ ਵੀ ਨਹੀਂ ਹੈ ਉਹਨਾਂ ਦੀ ਧੀ ਦੀ ਲੱਤ ਦਾ ਕੋਈ ਇਲਾਜ ਨਹੀਂ ਹੈ ਮੈਨੂੰ ਲੱਗਦਾ ਜਿਵੇਂ ਉਹਦੀ ਮਾਂ ਦੇ ਅੰਗਾਂ ਦਾ ਨ੍ਰਿਤ ਮਰ ਗਿਆ ਹੈ ਹਫ਼ਤਾ ਪਰ ਹਸਪਤਾਲ ਚ ਰਹਿਣ ਪਿੱਛੋਂ ਧੀ ਨੂੰ ਲੈ ਕੇ ਚਲੀ ਜਾਂਦੀ ਹੈ ਅਗਲੇ ਕੁਝ ਦਿਨਾਂ ਚ ਉਹਨੂੰ ਦੋ ਵਾਰ ਦੌਰਾ ਪੈਂਦਾ ਹੈ ਉਮਰ ਦੀ ਮਰਦੀ ਬਚਦੀ ਹੈ ਉਹ ਦੌਰੇ ਉਹਨੂੰ ਫੇਰ ਵੀ ਪੈਂਦੇ ਹਨ ਤੇ ਮੈਂ ਸੋਚਦਾ ਜਿਵੇਂ ਮੈਂ ਹੀ ਇਹ ਸਭ ਕੁਝ ਦਾ ਜ਼ਿੰਮੇਵਾਰ ਹਾਂ ਕੁਝ ਅਰਸੇ ਬਾਅਦ ਉਹ ਇਲਾਜ ਲਈ ਮੇਰੇ ਕੋਲ ਆਉਣਾ ਬੰਦ ਕਰ ਦਿੰਦੀ ਹੈ ਮੈਂ ਇੱਕ ਤਰ੍ਹਾਂ ਨਾਲ ਖੁਸ਼ ਹੁੰਦਾ ਉਹਦੇ ਸਾਹਮਣੇ ਮੈਨੂੰ ਹਮੇਸ਼ਾ ਆਪਣੇ ਗੁਨਾਹਗਾਰ ਹੋਣ ਦਾ ਅਹਿਸਾਸ ਹੁੰਦਾ ਹੈ ਉਹਨੂੰ ਨਾ ਮਿਲਣ ਤੇ ਵੀ ਕਦੇ-ਕਦੇ ਇਹ ਅਹਿਸਾਸ ਜਾਗਦਾ ਸੀ ਤੇ ਉਸ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਵਿਖਾਈ ਨਹੀਂ ਸੀ ਦੰਦਾ ਮੈਂ ਤਰਬਕਦਾ ਕੋਈ ਮੇਰੇ ਸਾਹਮਣੇ ਖੜੋਤਾ ਹੈ ਰੈਸਟੋਰਾਂ ਦੇ ਨਿੰਮੇ ਜੇ ਚਾਨਣ ਚ ਇੱਕ ਤੀਵੀਂ ਦੀ ਨੁਹਾਰ ਵਿਖਾਈ ਦਿੰਦੀ ਹੈ ਤਦ ਉਹ ਕਹਿੰਦੀ ਹੈ ਮੈਂ ਤੁਹਾਨੂੰ ਹਾਲ ਚੋਂ ਉੱਠ ਕੇ ਜਾਂਦਿਆਂ ਵੇਖਿਆ ਸੀ ਆ ਕਿਉਂ ਗਏ ਤੇ ਕੀ ਮੈਨੂੰ ਪਛਾਣ ਸਕਦੇ ਹੋ ਨਹੀਂ ਮੈਂ ਕਹਿੰਦਾ ਹਾਂ ਚਾਨਣ ਪਿੱਛੋਂ ਪੈਣ ਕਰਕੇ ਉਹਦਾ ਚਿਹਰਾ ਸਾਫ਼ ਤੌਰ ਤੇ ਵਿਖਾਈ ਦੇ ਨਹੀਂ ਰਿਹਾ ਮੇਰੀ ਧੀ ਨੂੰ ਤੁਸੀਂ ਜਨਮ ਦਿੱਤਾ ਸੀ ਯਾਦ ਹੈ ਨਾ ਜਿਹਦੀ ਇਕਲੱਤ ਓ ਮੈਨੂੰ ਬਹੁਤ ਅਫਸੋਸ ਏ ਮੇਰੇ ਮੂੰਹ ਨਿਕਲਦਾ ਹੈ ਦਰਅਸਲ ਮੈਂ ਮੈਂ ਕਈ ਵਾਰ ਸੋਚਿਆ ਹੈ ਕਿ ਉਹਨੂੰ ਜਨਮ ਲੈਣ ਵੇਲੇ ਹੀ ਮਰ ਜਾਣ ਦਿੰਦਾ ਸਵਭਾਵਿਕ ਮੌਤ ਹੁੰਦੀ ਓ ਇਹ ਤੁਸੀਂ ਕੀ ਕਹਿ ਰਹੇ ਹੋ ਉਹ ਮੇਰੇ ਸਾਹਮਣੇ ਕੁਰਸੀ ਤੇ ਬੈਠ ਜਾਂਦੀ ਏ ਹੁਣ ਉਹਦਾ ਚਿਹਰਾ ਸਾਫ਼ ਵਿਖਾਈ ਦੇਣ ਲੱਗਦਾ ਏ ਉਹ ਮੇਰੇ ਵੱਲ ਵੇਖਦੇ ਆਂ ਕਹਿੰਦੀ ਏ ਮਰ ਜਾਣ ਦਿੰਦੇ ਤਾਂ ਉਹਦੀ ਥਾਂ ਅੱਜ ਕੌਣ ਗਾਉਂਦਾ ਕੌਣ ਨੱਚਦਾ ਤਾਂ ਇਹ ਤੁਸੀਂ ਤੁਹਾਡੇ ਮੈਨੂੰ ਤਾਂ ਲੱਗਾ ਸੀ ਉਹ ਤੁਸੀਂ ਹੋ ਉਹ ਹੱਸਦੀ ਹੈ। ਫਲੈਸ ਉਮਰ 'ਚ ਮੈਂ ਉਹ ਜੀ ਹੋ ਸਕਦੀ ਆ 20 ਸਾਲਾਂ ਦੀ। ਓ ਮੇਰੇ ਮੂੰਹ ਨਿਕਲਦਾ। ਮੈਂ ਇੱਕਦਮ ਹੌਲਾ ਹੋ ਜਾਣਾ ਤੇ ਉੱਠਦਿਆਂ ਕਹਿੰਦਾ ਚਲਿਏ ਅੰਦਰ ਪ੍ਰੋਗਰਾਮ ਵੇਖੀਏ ਚਲ ਕੇ। ਧੰਨਵਾਦ।